ਕੇਅਰਸ ਯੂਅਰ ਬੋਡੀ ਹੋਰੀ ਬਾਬਾ। ਇੱਕ ਸਾਲ ਦਾ ਦਾਣਾ ਪਾਣੀ ਹੜਾਂ ਚ ਹੜ ਚੱਲਿਆ, ਹਾਏ ਲੋਕ ਕਹਿਣਗੇ ਬੋਲਦਾ ਵੀਰੇ ਕੰਟਰੋਵਰਸੀ ਲਈ, ਦੋਸਤੋ ਜਿਵੇਂ ਆਪਾਂ ਜਾਣਦੇ ਕਿ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਹੜ ਆਉਣ ਕਾਰਨ ਕਾਫੀ ਗੰਭੀਰ ਸਥਿਤੀ ਬਣੀ ਹੋਈ ਆ, ਬਹੁਤ ਸਾਰੇ ਲੋਕ ਬੇਘਰ ਹੋ ਗਏ ਆ ਤੇ ਉਹ ਬਹੁਤ ਸਾਰੀਆਂ ਮੁਸ਼ਕਲਾਂ, ਤੰਗੀਆਂ, ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਆ। ਕੁਝ ਲੋਕ ਉਹਨਾਂ ਦੀ ਮਦਦ ਕਰਨ ਲਈ ਵੀ ਸਾਹਮਣੇ ਆ ਰਹੇ ਆ ਤੇ ਦੋਸਤੋ ਹੁਣ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚੋਂ ਵੀ ਕੁਝ ਸਿੰਗਰ ਅੱਗੇ ਆ ਰਹੇ ਆ ਹੜ ਪੀੜਤਾਂ ਦੀ ਮਦਦ ਕਰਨ ਲਈ। ਜਿਵੇਂ ਆਪਾਂ ਦੇਖਿਆ ਸੀ ਕਿ ਤਰਸੇਮ ਜੱਸੜ ਨੇ ਵੀ ਹੜ ਪੀੜਤਾਂ ਦੀ ਮਦਦ ਕੀਤੀ, ਇਸ ਤੋਂ ਬਿਨਾਂ ਹਿਮਾਂਸ਼ੀ ਖੁਰਾਨਾ ਤੇ ਦੋਸਤੋ ਹੁਣ ਪੰਜਾਬੀ ਗਾਇਕ ਆਰਨੇਤ ਨੇ ਹੜ ਪੀੜਤਾਂ ਲਈ ਇੱਕ ਗੀਤ ਗਾ ਕੇ ਉਹਨਾਂ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ ਆ ਤੇ ਆਪਣੇ ਇਸ ਗੀਤ ਰਾਹੀਂ ਉਹਨਾਂ ਦਾ ਦੁੱਖ ਵਡਾਉਣ ਦੀ ਕੋਸ਼ਿਸ਼ ਕੀਤੀ ਆ। ਆਰਨੇਤ ਦੇ ਇਸ ਗੀਤ ਨੂੰ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ। ਸੋ ਦੋਸਤੋ ਆਓ ਸਭ ਤੋਂ ਪਹਿਲਾਂ ਆਪਾਂ ਆਰਨੇਤ ਦਾ ਇਹ ਗੀਤ ਸੁਣ ਲੈਂਦੇ ਹਾਂ। ਹੋ ਲਿਖਣ ਲੁਖਣ ਦੇ ਮਾਮਲੇ ਵਿੱਚ ਵੀਰੇ ਕੋਕੇ ਜੜਦਾ ਏ, ਲੁੱਕ ਵੀ ਵੇਖਣ ਨੂੰ ਸੋਹਣੀ ਏ, ਉਂਝ ਕੰਮ ਕੀ ਕਰਦਾ ਏ, ਚੌ ਦਿਨ ਹੋ ਗਏ ਸੁਣਿਆ ਤੂੰ ਪੰਜਾਬ ਤੋਂ ਆਇਆ ਏ, ਓਏ ਹੜ ਪੀੜਤਾਂ ਲਈ ਵੀ ਕੋਈ ਗੀਤ ਬਣਾਇਆ ਏ, ਓ ਮੈਂ ਕਿਹਾ ਪਹਿਲੋ ਸਿਰ ਤੇ ਕਰਜ਼ਾ ਸੀ ਰੱਬ ਕਾਰਾ ਕਰ ਚੱਲਿਆ, ਇੱਕ ਸਾਲ ਦਾ ਦਾਣਾ ਪਾਣੀ ਹੜਾਂ ਚ ਹੜ ਚੱਲਿਆ, ਹਾਏ ਲੋਕ ਕਹਿਣਗੇ ਬੋਲਦਾ ਵੀਰੇ ਕੰਟਰੋਵਰਸੀ ਲਈ, ਨਾਲੇ ਅਲੇ ਜ਼ਖਮ ਨੂੰ ਮਿੱਤਰਾ ਓਏ ਬਹੁਤਾ ਨਹੀਂ ਝੇੜੀਦਾ, ਮੇਰੇ ਨਾਲ ਖੜੀ ਹੈ ਸ਼ਾਇਦ ਵੀਰਿਆ ਤੈਨੂੰ ਨਹੀਂ ਦਿਸਦੀ, ਓਏ ਬੇਰੁਜ਼ਗਾਰੀ ਨਾਮ ਭਰਾਵਾ ਭਾਬੀ ਤੇਰੀ ਦਾ, ਓਏ ਮੇਰੇ ਨਾਲ ਖੜੀ ਹੈ ਸ਼ਾਇਦ ਵੀਰਿਆ ਤੈਨੂੰ ਨਹੀਂ ਦਿਸਦੀ, ਓਏ ਬੇਰੁਜ਼ਗਾਰੀ ਨਾਮ ਭਰਾਵਾ ਭਾਬੀ ਤੇਰੀ ਦਾ। ਸੋ ਦੋਸਤੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਆਰਨੇਤ ਦਾ ਗੀਤ ਜ਼ਰੂਰ ਪਸੰਦ ਆਇਆ ਹੋਊਗਾ। ਜੇ ਦੋਸਤੋ ਤੁਹਾਨੂੰ ਗੀਤ ਪਸੰਦ ਆਇਆ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਅਤੇ ਜੋ ਲੋਕ ਹੜਾਂ ਤੋਂ ਪ੍ਰਭਾਵਿਤ ਆ, ਜੋ ਬਹੁਤ ਹੀ ਤੰਗੀਆਂ, ਪਰੇਸ਼ਾਨੀਆਂ, ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਆ, ਸੋ ਦੋਸਤੋ ਤੁਸੀਂ ਉਹਨਾਂ ਲਈ ਅਰਦਾਸਾਂ ਜ਼ਰੂਰ ਕਰੋ ਅਤੇ ਨਾਲ ਦੀ ਨਾਲ ਇਸ ਵੀਡੀਓ ਦੇ ਹੇਠਾਂ ਕਮੈਂਟਾਂ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ ਤਾਂ ਜੋ ਲੋਕ ਜੋ ਹੜਾਂ ਤੋਂ ਪੀੜਤ ਆ ਉਹ ਜਲਦੀ ਤੋਂ ਜਲਦੀ ਉਸ ਮੁਸ਼ਕਲ ਵਿੱਚੋਂ ਬਾਹਰ ਆ ਸਕਣ ਅਤੇ ਵਾਹਿਗੁਰੂ ਜੀ ਉਹਨਾਂ 'ਤੇ ਕਿਰਪਾ ਕਰਨ। ਸੋ ਦੋਸਤੋ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰ ਦਿਓ ਅਤੇ ਹੋਰ ਵੀਡੀਓ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਆ ਰਹੇ ਬੈਲ ਦੇ ਬਟਨ 'ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਸੋ ਜੀ ਇੰਨੇ ਸ਼ਬਦਾਂ ਨਾਲ ਲੈਂਦੇ ਹਾਂ ਇਜਾਜ਼ਤ, ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ। ਸਤਿ ਸ਼੍ਰੀ ਅਕਾਲ ਜੀ।